ਜ਼ਿੰਦਗੀ ਦਾ ਕੌੜਾ ਸੱਚ ਮੌਤ ਅਸੀਂ ਅੱਜ ਤੁਹਾਡੇ ਨਾਲ ਜੋ ਸੰਵਾਦ ਕਰ ਰਹੇ ਹਾਂ ਤੁਹਾਡੇ ਨਾਲ ਜੋ ਵਿਚਾਰ ਕਰ ਰਹੇ ਹਾਂ ਉਹ ਮੌਤ ਦੇ ਨਾਲ ਸੰਬੰਧਿਤ ਅਸੀਂ ਜਦੋਂ ਕੋਈ ਇਨਸਾਨ ਮਰ ਜਾਂਦਾ ਉਸਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਜਾਂਦੇ ਹਾਂ ਅਸੀਂ ਜਿਉਂਦੇ ਜੀ ਕਦੇ ਵੀ ਕਿਸੇ ਨਾਲ ਦੁੱਖ ਸਾਂਝਾ ਨਹੀਂ ਕਰਦੇ ਅਸੀਂ ਮਰਨ ਤੋਂ ਬਾਅਦ ਉਸਦੇ ਪਰਿਵਾਰ ਦੇ ਘਰ ਉਸਦੇ ਨਾਲ ਦੁੱਖ ਸਾਂਝਾ ਕਰਨ ਜਾਂਦੇ ਹਾਂ ਉਹਦੇ ਨਾਲ ਚੰਗਾ ਕਿ ਜਿਉਂਦੇ ਜੀ ਇਨਸਾਨ ਦੇ ਨਾਲ ਉਸਦੇ ਦੁੱਖ ਸੁਣ ਲਏ ਜਾਣ ਤਾਂ ਚੰਗਾ ਹੋਵੇਗਾ ਅਸੀਂ ਮਰਨ ਤੋਂ ਬਾਅਦ ਇਨਸਾਨ ਨੂੰ ਚੰਗਾ ਕਹਿੰਦੇ ਹਾਂ ਅਸੀਂ ਜਿਉਂਦੇ ਜੀ ਇਨਸਾਨ ਨੂੰ ਮਿਲ ਕੇ ਉਸਨੂੰ ਚੰਗਾ ਕਹਿ ਦਈਏ ਤਾਂ ਚੰਗਾ ਹੋਵੇਗਾ ਅਸੀਂ ਮਰਨ ਤੋਂ ਬਾਅਦ ਇਨਸਾਨ ਦੇ ਔਗਣ ਭੁੱਲ ਜਾਂਦੇ ਹਾਂ ਅਤੇ ਉਸਦੇ ਗੁਣ ਯਾਦ ਰੱਖਦੇ ਹਾਂ ਚੰਗਾ ਹੋਵੇਗਾ ਅਸੀਂ ਜਿਉਂਦੇ ਜੀ ਉਸਦੇ ਔਗਣ ਭੁੱਲ ਜਾਈਏ ਅਤੇ ਉਸਦੇ ਗੁਣ ਯਾਦ ਰੱਖੀਏ ਅਸੀਂ ਮਰਨ ਤੋਂ ਬਾਅਦ ਇਨਸਾਨ ਨੂੰ ਮਿਲਣ ਦੀ ਇੱਛਾ ਜ਼ਾਹਰ ਕਰਦੇ ਹਾਂ ਚੰਗਾ ਹੋਵੇਗਾ ਕਿ ਅਸੀਂ ਜਿਉਂਦੇ ਜੀ ਮਿਲਦੇ ਵਰਤਦੇ ਰਹੀਏ ਤਾਂ ਚੰਗਾ ਹੋਵੇਗਾ ਅਸੀਂ ਮਰਨ ਤੋਂ ਬਾਅਦ ਇਹ ਕਹਿੰਦੇ ਹਾਂ ਕਿ ਇੱਕ ਵਾਰੀ ਅਸੀਂ ਉਸਨੂੰ ਮਿਲ ਲੈਂਦੇ ਤਾਂ ਅਸੀਂ ਮਰਨ ਤੋਂ ਪਹਿਲਾਂ ਹੀ ਇੱਕ ਦੂਜੇ ਨੂੰ ਮਿਲਦੇ ਰਹੀਏ ਪਿਆਰ ਦਿੰਦੇ ਰਹੀਏ ਤਾਂ ਚੰਗਾ ਹੋਵੇਗਾ ਮਰਨ ਤੋਂ ਬਾਅਦ ਸੋਲੇ ਪਾਉਣ ਨਾਲੋਂ ਚੰਗਾ ਕਿ ਜਿਉਂਦੇ ਜੀ ਹੀ ਇੱਕ ਦੂਜੇ ਦੇ ਪ੍ਰਤੀ ਹਮਦਰਦੀ ਅਤੇ ਪਿਆਰ ਰੱਖੀਏ ਸੋ ਮਰਨ ਤੋਂ ਬਾਅਦ ਦੁੱਖ ਨਾ ਪ੍ਰਗਟ ਕਰੀਏ ਜਿਉਂਦੇ ਜੀ ਹੀ ਦੁੱਖ ਸੁੱਖ ਸਾਂਝੇ ਕਰੀਏ ਤਾਂ ਚੰਗਾ ਹੋਵੇਗਾ ਇਨਸਾਨੀਅਤ ਜਿੰਦਾ ਰਹੇਗੀ ਇਨਸਾਨ ਦੀ ਮੁਹੱਬਤ ਜਿੰਦਾ ਰਹੇਗੀ ਇਨਸਾਨ ਦੇ ਵਿੱਚ ਪਿਆਰ ਜਿੰਦਾ ਰਹੇਗਾ ਅਧਿਆਤਮਿਕਤਾ ਜਿੰਦਾ ਰਹੇਗੀ ਸੋ ਅੱਜ ਦੇ ਲਈ ਇੰਨਾ ਹੀ ਜਿਉਂਦੇ ਜੀ ਨੂੰ ਪਿਆਰ ਦਿਆ ਕਰੋ ਜਿਉਂਦੇ ਜੀ ਦਾ ਸਾਥ ਦਿਆ ਕਰੋ ਮਰਿਆਂ ਤੋਂ ਬਾਅਦ ਗੁਣਗਾਨ ਕਰਨ ਦਾ ਕੋਈ ਮਤਲਬ ਨਹੀਂ ਕੋਈ ਫਾਇਦਾ ਨਹੀਂ ਸੋ ਧੰਨਵਾਦ